ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਆਪਾਂ ਬਣਾਉਂਦੇ ਹਾਂ ਜੀ ਇੱਕ ਸੌਖਾ ਜਿਹਾ ਡਿਜ਼ਾਇਨ। ਜੇ ਤੁਸੀਂ ਮੇਰੇ ਚੈਨਲ 'ਤੇ ਨਵੇਂ ਆ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਘੰਟੀ ਦਾ ਬਟਨ ਵੀ ਦਬਾਇਓ ਜੀ, ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਕਰਿਓ ਜੀ, ਕਿਉਂਕਿ ਜਦ ਵੀ ਮੈਂ ਕੋਈ ਵੀਡੀਓ ਪਾਵਾਂ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ। ਇਸ ਡਿਜ਼ਾਇਨ ਨੂੰ ਬਣਾਉਣ ਵਾਸਤੇ ਜੀ 6-6 ਦੇ ਹਿਸਾਬ ਨਾਲ ਆਪਾਂ ਨੇ ਲੈਣੇ ਆ ਜੀ ਕੁੰਡੇ, ਅਤੇ 2 ਕੁੰਡੇ ਰੱਖਣੇ ਆਪਾਂ ਨੇ ਫਾਲਤੂ। ਮੈਂ 20 ਕੁੰਡੇ ਪਾਏ ਆ ਜੀ, ਇਹ 6-6 ਦੇ ਹਿਸਾਬ ਨਾਲ ਰੱਖ ਕੇ ਅਤੇ 2 ਫਾਲਤੂ ਰੱਖੇ ਆ। ਪਹਿਲੀ ਸਿਲਾਈ ਆਪਾਂ ਇਹਦੀ ਉਲਟੀ ਉਲਟੀ ਬਣਾ ਲੈਂਦੇ ਹਾਂ ਜੀ। ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ, ਵਧੀਆ ਵਧੀਆ ਕਮੈਂਟ ਆਉਂਦੇ ਆ ਤਾਂ ਵਧੀਆ ਲੱਗਦਾ ਜੀ, ਜਦ ਕਹਿੰਦੇ ਆ ਵੀ ਤੁਹਾਡੇ ਡਿਜ਼ਾਇਨ ਆ ਜਿਹੜੇ ਸਾਨੂੰ ਸਾਰੇ ਸਮਝ ਲੱਗਦੇ ਆ। ਉਲਟੀ ਸਿਲਾਈ ਆਪਣੀ ਪੈ ਗਈ ਜੀ, ਆਪਾਂ ਆ ਗਏ ਸਿੱਧੀ ਸਿਲਾਈ 'ਤੇ। ਸਿੱਧੀ ਸਿਲਾਈ 'ਚ ਆਪਾਂ ਸ਼ੁਰੂ 'ਚ ਪਾਵਾਂਗੇ ਜੀ 2 ਕੁੰਡੇ ਉਲਟੇ, ਅਤੇ 4 ਕੁੰਡੇ ਸਿੱਧੇ, 1, 2, 3, 4। ਫਿਰ ਆਪਣੇ 2 ਕੁੰਡੇ ਉਲਟੇ, 4 ਕੁੰਡੇ ਸਿੱਧੇ। ਜਦ ਵੀ ਆਪਾਂ ਨੇ ਡਿਜ਼ਾਇਨ ਸ਼ੁਰੂ ਕਰਨਾ ਹੈ ਤਾਂ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਹੀ ਆਪਾਂ ਨੇ ਪਹਿਲੀ ਸਿਲਾਈ ਪਾਉਣੀ ਹੈ ਜੀ, 2 ਕੁੰਡੇ ਉਲਟੇ, 4 ਕੁੰਡੇ ਸਿੱਧੇ, 2 ਕੁੰਡੇ ਉਲਟੇ, 4 ਕੁੰਡੇ ਆਪਣੇ ਸਿੱਧੇ, 2 ਕੁੰਡੇ ਅਖੀਰ ਵਿੱਚ ਵੀ ਆਪਣੇ ਆਉਣੇ ਚਾਹੀਦੇ ਆ ਜੀ ਉਲਟੇ। ਜਦ ਵੀ ਡਿਜ਼ਾਇਨ ਸ਼ੁਰੂ ਕਰਨਾ ਜੀ ਇਸ ਤਰ੍ਹਾਂ ਹੀ ਕਰਨਾ ਹੈ, 2 ਕੁੰਡੇ ਉਲਟੇ, 4 ਕੁੰਡੇ ਸਿੱਧੇ, 2 ਕੁੰਡੇ ਉਲਟੇ, ਫਿਰ 4 ਕੁੰਡੇ ਸਿੱਧੇ, ਫਿਰ 2 ਕੁੰਡੇ ਉਲਟੇ, ਅਖੀਰ ਵਿੱਚ ਆਪਣੇ ਫਿਰ ਆਉਣੇ ਚਾਹੀਦੇ ਆ ਜੀ 2 ਕੁੰਡੇ ਉਲਟੇ। ਹੁਣ ਆਪਾਂ ਉਲਟੇ ਪਾਸੇ ਆ ਗਏ ਜੀ, ਆਪਾਂ ਡਿਜ਼ਾਇਨ ਸ਼ੁਰੂ ਕਰੂੰਗੇ ਇਹਦਾ। ਪਹਿਲੇ 2 ਕੁੰਡੇ ਆਪਾਂ ਨੇ ਇਸ ਤਰ੍ਹਾਂ ਸਿੱਧੇ ਪਾ ਲਏ ਜੀ, ਜਿਹੜੇ ਸਿੱਧੇ ਪਾਸੇ ਤੋਂ ਉਲਟੇ ਅਤੇ ਉਹ ਆਪਣੇ ਉਲਟੇ ਪਾਸੇ ਆਉਣਗੇ ਸਿੱਧੇ, 2 ਕੁੰਡੇ ਸਿੱਧੇ ਪਾ ਕੇ ਉਸ ਤੋਂ ਅੱਗੇ 1 ਕੁੰਡਾ ਆਪਾਂ ਬੁਣ ਲਿਆ ਜੀ ਉਲਟਾ। ਸਿਲਾਈ ਨੂੰ ਇਸ ਤਰ੍ਹਾਂ ਧਾਗੇ ਦਾ ਵਾਲ ਮਾਰ ਕੇ ਉਸ ਤੋਂ ਅਗਲਾ ਕੁੰਡਾ ਵੀ ਬੁਣੂਗੇ ਜੀ ਉਲਟਾ। ਇੱਕ ਵਾਰੀ ਫਿਰ ਸਿਲਾਈ ਨੂੰ ਵਾਲ ਮਾਰ ਕੇ ਫਿਰ ਕੁੰਡਾ ਬੁਣੂਗੇ ਜੀ ਉਲਟਾ, ਫਿਰ ਸਿਲਾਈ ਨੂੰ ਵਾਲ ਮਾਰ ਕੇ ਫਿਰ ਬੁਣੂਗੇ ਜੀ ਕੁੰਡਾ ਉਲਟਾ। 3 ਕੁੰਡੇ ਬੁਣ ਹੋ ਗਏ ਜੀ ਉਲਟੇ, ਤਿੰਨਾਂ ਦੇ ਵਿੱਚ 1-1 ਜਾਲੀ ਪੈ ਗਈ। ਹੁਣ ਜਿਹੜੇ ਇਹ 2 ਕੁੰਡੇ ਸਿੱਧੇ ਆ ਜੀ, ਜਿਹੜਾ ਮੂਰਲਾ ਕੁੰਡਾ ਆਪਾਂ ਸਿੱਧਾ ਬੁਣਨਾ, ਧਾਗਾ ਪਿੱਛੇ ਨਹੀਂ ਘੁਮਾਉਣਾ, ਇੱਧਰ ਹੀ ਰੱਖਣਾ, 1 ਜਾਲੀ ਆਪਣੀ ਇੱਥੇ ਬਣ ਜੂਗੀ। ਉਸ ਤੋਂ ਅਗਲਾ ਕੁੰਡਾ ਆਪਣਾ ਸਿੱਧਾ, ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ 1 ਕੁੰਡਾ ਉਲਟਾ, 3 ਨੂੰ ਆਪਾਂ ਨੇ ਇਸ ਤਰ੍ਹਾਂ ਵਾਲ ਮਾਰਨੇ ਆ, 1, 2, 3। ਉਸ ਤੋਂ ਬਾਅਦ ਜਿਹੜੇ 2 ਕੁੰਡੇ ਸਿੱਧੇ ਆ ਪਹਿਲੇ ਨੂੰ ਆਪਾਂ ਨੇ ਇਸ ਤਰ੍ਹਾਂ ਹੀ ਬੁਣ ਲੈਣਾ, ਧਾਗਾ ਪਿੱਛੇ ਨਹੀਂ ਘੁਮਾਉਣਾ, ਇਹ ਵੀ 1 ਜਾਲੀ ਬਣ ਜੂਗੀ। ਫਿਰ ਉਸੇ ਤਰ੍ਹਾਂ 1 ਕੁੰਡਾ ਸਿੱਧਾ, ਸੋਰੀ 1 ਕੁੰਡਾ ਆਪਾਂ 2 ਪਹਿਲਾਂ ਸਿੱਧੇ ਪਾ ਲਏ ਜੀ ਇਹ, ਹੁਣ ਆਪਾਂ 1 ਕੁੰਡਾ ਪਹਿਲਾਂ ਉਲਟਾ, ਫਿਰ ਉਸੇ ਤਰ੍ਹਾਂ ਵਾਲ ਮਾਰ ਕੇ ਕੁੰਡਾ ਉਲਟਾ ਬੁਣਿਆ, ਫਿਰ ਵਾਲ ਮਾਰ ਕੇ ਦੂਜਾ ਕੁੰਡਾ ਵੀ ਉਲਟਾ ਬੁਣਿਆ, ਫਿਰ ਵਾਲ ਮਾਰ ਕੇ ਤੀਜਾ ਕੁੰਡਾ ਵੀ ਉਲਟਾ ਬੁਣਿਆ ਜੀ। ਫਿਰ ਆਪਾਂ ਧਾਗਾ ਪਿੱਛੇ ਨਹੀਂ ਜੀ ਘੁਮਾਉਣਾ, ਇੱਧਰ ਹੀ ਰੱਖਣਾ, ਅਤੇ ਇਹ ਕੁੰਡੇ ਨੂੰ ਆਪਾਂ ਸਿੱਧਾ ਬੁਣ ਲੈਣਾ।
उस तो बाद अपना फिर एक कुंडा सीधा। हुण आपां सीधी सिलाई ते आ गए जी। सीधी सिलाई च आपां पहले दो कुंडे अपने हमेशा उल्टे ही बन गए, उल्टे बना ले। उस तो बाद धागा पिछे करके आ जिहड़ा बल मारिया धागा इहनूं थले कढ़िया ते इह कुंडे नूं इस तरह चक लिया। उस तो बाद फिर थले फिर इहनूं चक लिया, इहनूं भी थले सिटता, फिर इहनूं चक लिया, इहनूं भी थले ते फिर इहनूं चक लिया। चारे कुंडे इस तरह चक के आपां ने इह दो कुंडे आ जिहड़े इहदे इस तरह बिच नूं कढ लैणे। इन्हां नूं आपां ने सारिआं नूं पिछली साइड तों बुण देणा। चार दे चार कुंडे आपां ने फिर आपां धागा घुमा के दो कुंडे अपने उल्टे पा ले। उसे तरह फिर आपां ने चारे कुंडे अपने बल देड़ के कढ लेने। आ बल देड़िया आपां, कुंडा कढ़िया, फिर बल देड़िया, फिर कुंडा कढ़िया, फिर बल देड़िया, तीजा कुंडा भी कढ़िया ते फिर बल देड़ के चौथा कुंडा कढ़िया। इस तरह कढ़ के यह जिहड़े दो कुंडे इधरली साइड वाले इन्हां नूं इस तरह बिच नूं कढ़ के इस सिलाई च पा के इस तरह इन्हां नूं आपां ने पिछली साइड तों बुण लेना। कुंडा कोई बदना घटना नहीं जी, उन्ने ही हो जाने अपने चार दे चार जिहड़े आपां बल मारे वो आपां धेड़ ले। फिर अगले दो कुंडे अपने उल्टे। उस तरह फिर आपां ने बल धेड़ के अपने चार कुंडे सिलाई विच पा लेने। यह दो कुंडियां नूं आपां ने इस तरह इन्हां दे विच दी कट लेना। पिछले पासे तो आपां ने इन्हां नूं बुण लेना। पिछे तो अपने आ गए जी दो कुंडे उल्टे। हुण आपां आ गए जी उल्टी सिलाई ते। उल्टी सिलाई अपनी उस तरह दो कुंडे सीधे, चार कुंडे उल्टे, पूरी सिलाई अपना इस तरह ही पावांगे दी। हर बारी डिजाइन बनन तो बाद अपनी इस तरह ही सिलाई उल्टियां ते उल्टे, सीधियां ते सीधे, हुण पा गए जी सीधी सिलाई ते। सीधी सिलाई अपनी फिर उस तरह पैनी है जी पूरी, दो कुंडे उल्टे, चार कुंडे सीधे, दो कुंडे उल्टे, चार कुंडे सीधे, अखीर विच आ गए जी अपने दो कुंडे उल्टे। उल्टी सिलाई अपनी दो कुंडे सीधे पै जाणगे जी। फिर अपना एक कुंडा उल्टा पा के इस तरह सिलाई नूं बल मार के धागे दा अगला कुंडा उल्टा, फिर बल मार के फिर कुंडा उल्टा, फिर बल मार के फिर कुंडा उल्टा, फिर धागे नूं नहीं जी पिछे घुमाउणा, इह सीधे कुंडे नूं इस तरह ही बुण देणा। इत्थे भी अपना बल आ जूगा धागे नूं। उस तों बाद आपां ने फिर उसे तरह
तीन कुंडियां नूं आपां ने उल्टियां नूं इस तरह बल मार लेने सिलाई नूं, ते चौथा है जिहड़ा अपना इस तरह सीधा बुन देना, वह भी आह बल पै जाना इहनूं। एक कुंडा पहना अपने इस तरह उल्टा बुन लेना, तो उस तो अगे अपने इस तरह बल फिर बल मारिया, फिर बल मारिया तीजी बारी, चौथी बारी जिहड़ा बल मारना अपने वह इस तरह धागा नहीं घुमाना, इस तरह बुन देना। सीधी सिलाई चू उस तरह दो कुंडे उल्टे, धागा पिछे करके ए कुंडे आप सीट देना थले, तो यू अपने सिलाई च आ जड़े बल मारे हुए ना थले छड के बाकी चार दे चार कुंडे अपने इस तरह, तो बाद इन्हों कुंडियां इस तरह बिच दी कट के अगे ले आना है। उल्टे कुंडे अपने उल्टे ही बन गए जी। इनू आप अपनी कोटी जागट स्वैटर किसी भी उदे विच पा सकते हैं, हर एक रंग विच वधिया लगता है पिया होया। बुनना इन्हां नूं पिछले पासे तों ही है जी कुंडियां नूं। उस तो बाद फिर उस तरह अपने ये सिलाई है जी उल्टियां ते उल्टे सीधियां ते सीधे पा के, तो दूजी सिलाई फिर इधर सीधे वाली उल्टियां ते उल्टे सीधियां ते सीधे पा के फिर उल्टी सिलाई आप उस तरह बल मारूंगे जी। डिजाइन अपना बन के तैयार हो जाऊगा जी। देखो कितना प्यारा लगता है डिजाइन। चलो जी मिलते हैं आप एक होर नवी वीडियो, जब तक थोड़ा बहुत बहुत धन्यवाद जी।